ਗੱਲ ਅੱਜ ਨਿੰਬੂ ਦੀ ਕਰਾਂਗੇ। ਕਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਵਿੱਚ ਨਿੰਬੂ ਨਿਚੋੜ ਕੇ ਔਰ ਇਹ ਪਾਣੀ ਪੀ ਕੇ ਹੀ ਕਰਦੇ ਨੇ। ਕਈਆਂ ਨੂੰ ਇਸਦੇ ਢੇਰ ਸਾਰੇ ਹੈਲਥ ਬੈਨੀਫਿਟਸ ਵੀ ਮਿਲਦੇ ਨੇ, ਪਰ ਅੱਜ ਇਹ ਗੱਲ ਇਹੀ ਕਰਨ ਜਾ ਰਹੇ ਹਾਂ ਕਿ ਇੱਕ ਨਿੰਬੂ ਤੋਂ ਆਖਿਰ ਸਾਨੂੰ ਕੀ ਕੀ ਫਾਇਦੇ ਮਿਲਦੇ ਨੇ ਔਰ ਕਿਹੜੀਆਂ ਹੈਲਥ ਕੰਡੀਸ਼ਨ ਦੇ ਵਿੱਚ ਸਾਨੂੰ ਨਿੰਬੂ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਜਿਸ ਦੇ ਨਾਲ ਤੁਹਾਡੀ ਕੋਈ ਹੈਲਥ ਇਸ਼ੂ ਬਹੁਤ ਜ਼ਿਆਦਾ ਵੱਧ ਵੀ ਸਕਦਾ ਹੈ। ਤਾਂ ਕਿ ਤੁਹਾਨੂੰ ਅੱਜ ਦੀ ਇਸ ਵੀਡੀਓ ਤੋਂ ਪੂਰੀ ਇਨਫੋਰਮੇਸ਼ਨ ਜ਼ਰੂਰ ਮਿਲ ਜਾਏ ਤੇ ਤੁਹਾਨੂੰ ਪਤਾ ਹੋਵੇ ਕਿ ਅਗਰ ਤੁਹਾਨੂੰ ਕੋਈ ਹੈਲਥ ਇਸ਼ੂ ਚੱਲ ਰਿਹਾ ਹੈ ਤਾਂ ਤੁਸੀਂ ਸਵੇਰੇ ਉੱਠ ਕੇ ਨਿੰਬੂ ਪਾਣੀ ਪੀਣਾ ਹੈ ਕਿ ਨਹੀਂ, ਕਿਉਂਕਿ ਕਈ ਵਾਰੀ ਲੋਕ ਕਿਸੇ ਤੋਂ ਸੁਣ ਕੇ ਕਿਸੇ ਨੂੰ ਵੇਖ ਕੇ ਕਿ ਕਿਸੇ ਨੂੰ ਤਾਂ ਨਿੰਬੂ ਪਾਣੀ ਪੀਏ ਦੇ ਬਹੁਤ ਸਾਰੇ ਫਾਇਦੇ ਹੋਏ ਤੇ ਅਸੀਂ ਵੀ ਪੀਣਾ ਸ਼ੁਰੂ ਕਰ ਦਿੰਦੇ ਹਾਂ, ਪਰ ਸਾਡੇ ਹੈਲਥ ਇਸ਼ੂਜ਼ ਦੇ ਕਰਕੇ ਨਿੰਬੂ ਪਾਣੀ ਪੀਣਾ ਸਾਨੂੰ ਸੂਟ ਨਹੀਂ ਕਰ ਰਿਹਾ ਹੁੰਦਾ, ਜਿਸ ਦੇ ਨਾਲ ਸਾਨੂੰ ਹੈਲਥ ਬੈਨੀਫਿਟਸ ਮਿਲਣ ਦੀ ਥਾਂ ਤੇ ਸਾਡੀ ਕੋਈ ਹੈਲਥ ਇਸ਼ੂ ਜਿਹੜਾ ਹੈ ਹੋਰ ਜ਼ਿਆਦਾ ਵਧਣ ਲੱਗ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਨਿੰਬੂ ਦੀ, ਤਾਂ ਨਿੰਬੂ ਆਪਣੇ ਆਪ ਦੇ ਵਿੱਚ ਢੇਰ ਸਾਰੇ ਗੁਣ ਲੈ ਕੇ ਬੈਠਾ ਹੈ। ਸਭ ਤੋਂ ਪਹਿਲਾਂ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ। ਦੇਖੋ ਕੋਈ ਵੀ ਪਰਸਨ ਹੈ ਤਾਂ ਉਹਨੂੰ ਡੇਲੀ ਰਿਕੁਆਇਰਮੈਂਟ ਹੁੰਦੀ ਹੈ 60 ਤੋਂ 70 mg ਵਿਟਾਮਿਨ ਸੀ ਦੀ, ਮਿਲੀਗ੍ਰਾਮ 60 ਤੋਂ 70 mg ਵਿਟਾਮਿਨ ਸੀ ਸਾਨੂੰ ਡੇਲੀ ਬੇਸਿਸ ਤੇ ਚਾਹੀਦਾ ਹੁੰਦਾ ਹੈ, ਤਾਂ ਕਿ ਜੋ ਇੱਕ ਚੰਗਾ ਐਂਟੀ ਆਕਸੀਡੈਂਟ ਹੈ ਸਾਡੀ ਬਾਡੀ ਵਿੱਚੋਂ ਟੌਕਸਿਨਸ ਨੂੰ ਆਊਟ ਕਰ ਦਿੰਦਾ ਹੈ। ਤੇ ਜਦੋਂ ਅਸੀਂ ਨਿੰਬੂ ਦੀ ਗੱਲ ਕਰਦੇ ਹਾਂ, ਇੱਕ ਨਾਰਮਲ ਨਿੰਬੂ ਤੋਂ ਸਾਨੂੰ ਤਕਰੀਬਨ 30 mg ਵਿਟਾਮਿਨ ਸੀ ਮਿਲ ਜਾਂਦਾ ਹੈ। ਤਾਂ ਤੁਸੀਂ ਸੋਚ ਸਕਦੇ ਹੋ ਕਿ ਅਗਰ ਸਵੇਰੇ ਔਰ ਸ਼ਾਮ ਨੂੰ ਕੋਈ ਪਰਸਨ 2 ਨਿੰਬੂ ਲੈ ਰਿਹਾ ਪੂਰੇ ਦਿਨ ਦੇ ਵਿੱਚ, ਤਾਂ ਉਸਦੀ ਵਿਟਾਮਿਨ ਸੀ ਦੀ ਡੇਲੀ ਰਿਕੁਆਇਰਮੈਂਟ ਨਿੰਬੂ ਹੀ ਇਕੱਲਾ ਪੂਰੀ ਕਰ ਦਿੰਦਾ ਹੈ। ਪਰ ਇੱਥੇ ਜਾਣਨਾ ਇਹ ਬਹੁਤ ਜ਼ਰੂਰੀ ਹੈ ਕਿ ਕਿਸ ਨੂੰ ਨਿੰਬੂ ਦਾ ਸੇਵਨ ਸਵੇਰੇ ਉੱਠ ਕੇ ਖਾਲੀ ਪੇਟ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇੱਥੇ ਜਦੋਂ ਆਪਾਂ ਹਲੇ ਗੁਣਾਂ ਦੀ ਗੱਲ ਕਰ ਰਹੇ ਹਾਂ ਤਾਂ ਵਿਟਾਮਿਨ ਸੀ ਦੇ ਨਾਲ ਨਾਲ ਨਿੰਬੂ ਤੋਂ ਸਾਨੂੰ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਪੋਟਾਸ਼ੀਅਮ ਇਹ ਢੇਰ ਸਾਰੇ ਗੁਣ ਵੀ ਮਿਲਦੇ ਨੇ। ਵੇਟ ਲਾਸ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਜਿਨ੍ਹਾਂ ਨੂੰ ਨਿੰਬੂ ਸੂਟ ਕਰ ਜਾਂਦਾ ਹੈ ਉਹ ਸਿਰਫ ਔਰ ਸਿਰਫ ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਪੀ ਕੇ ਇਹ ਪਾਣੀ ਹੀ ਆਪਣਾ ਵੇਟ ਲਾਸ ਵੀ ਕਰ ਲੈਂਦੇ ਨੇ। ਪਰ ਕਈਆਂ ਦੀ ਕੁਝ ਹੈਲਥ ਇਸ਼ੂਜ਼ ਕਰਕੇ ਇਹ ਕੰਮ ਨਹੀਂ ਕਰ ਪਾਉਂਦਾ, ਉਹ ਕਿਹੜੇ ਹੈਲਥ ਇਸ਼ੂਜ਼ ਨੇ ਉਸਦੀ ਡਿਟੇਲ ਵਿੱਚ ਵੀ ਇਨਫੋਰਮੇਸ਼ਨ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਹੀ ਹੈ, ਤਾਂ ਕਿ ਤੁਸੀਂ ਸਾਰੇ ਜ਼ਰੂਰ ਸਮਝ ਸਕੋ ਕਿ ਤੁਹਾਨੂੰ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਜਾਂ ਫਿਰ ਬਿਲਕੁਲ ਨਹੀਂ। ਸੋ ਬੀਪੀ ਨੂੰ ਨੋਰਮਲ ਕਰਦਾ ਹੈ, ਦਿਲ ਨੂੰ ਲੈ ਕੇ ਵੀ ਜੋ ਅਸੀਂ ਕਹੀਏ ਐਂਟੀ ਆਕਸੀਡੈਂਟ ਹੈ ਤਾਂ ਸਾਡੇ ਦਿਲ ਲਈ ਚੰਗਾ, ਐਂਟੀ ਆਕਸੀਡੈਂਟ ਜਿੰਨੇ ਵੀ ਹੁੰਦੇ ਨੇ ਉਹ ਸਾਡੀ ਬਾਡੀ ਚੋਂ ਜਦੋਂ ਟੌਕਸਿਨਸ ਨੂੰ ਰਿਮੂਵ ਕਰ ਦੇਣਗੇ ਤਾਂ ਸਾਡੀ ਓਵਰਆਲ ਹੈਲਥ, ਸਾਡੇ ਦਿਮਾਗ ਦੇ ਲਈ, ਸਾਡੇ ਦਿਲ ਦੇ ਲਈ, ਸਾਡੇ ਜਿੰਨੇ ਵੀ ਅੰਦਰੂਨੀ ਅੰਗ ਨੇ, ਆਰਗਨਸ ਨੇ, ਉਹਨਾਂ ਦੀ ਹੈਲਥ ਚੰਗੀ ਬਣਾਈ ਰੱਖਣ ਦੇ ਵਿੱਚ ਮਦਦ ਜ਼ਰੂਰ ਮਿਲ ਜਾਂਦੀ ਹੈ। ਸਕਿਨ ਨੂੰ ਬ੍ਰਾਈਟਰ ਕਰਨ ਦੇ ਵਿੱਚ ਵੀ ਵਿਟਾਮਿਨ ਸੀ ਹੈਲਪ ਕਰਦਾ ਹੈ, ਨਿੰਬੂ ਦੇ ਵਿੱਚ ਭਰ ਭਰ ਕੇ ਵਿਟਾਮਿਨ ਸੀ ਤੁਹਾਨੂੰ ਮਿਲ ਰਿਹਾ ਹੈ। ਸੋ ਇਸ ਦੇ ਨਾਲ ਤੁਹਾਡਾ ਚਿਹਰੇ ਦੀ ਰੰਗਤ ਵੀ ਵਧੀਆ ਹੋ ਜਾਂਦੀ ਹੈ, ਸਕਿਨ ਗਲੋਇੰਗ ਹੋ ਜਾਂਦੀ ਹੈ ਔਰ ਚਿਹਰੇ ਤੇ ਕੋਈ ਵੀ ਦਾਗ ਨਿਸ਼ਾਨ ਹੋਣ ਤਾਂ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ। ਕੈਂਸਰ ਵਰਗੀ ਬਿਮਾਰੀ ਤੋਂ ਵੀ ਨਿੰਬੂ ਬਚਾਉਂਦਾ ਹੈ ਸਾਨੂੰ। ਨਿੰਬੂ ਦੇ ਵਿੱਚ ਮੈਂ ਫਿਰ ਤੋਂ ਕਹੂੰਗੀ ਵਿਟਾਮਿਨ ਸੀ ਔਰ ਐਂਟੀ ਆਕਸੀਡੈਂਟ ਭਰ ਭਰ ਕੇ ਨੇ। ਸੋ ਜਿਹੜੇ ਵੀ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਕਈ ਚੀਜ਼ਾਂ ਦੇ ਵਿੱਚ ਟੌਕਸਿਨਸ, ਕੈਮੀਕਲਸ, ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਤੋਂ ਕੀ ਮਿਲ ਰਿਹਾ, ਤਾਂ ਅਜਿਹੇ ਵਿੱਚ ਸਾਨੂੰ ਵਿਟਾਮਿਨ ਸੀ ਔਰ ਐਂਟੀ ਆਕਸੀਡੈਂਟ ਜ਼ਰੂਰ ਲੈਣਾ ਚਾਹੀਦਾ, ਯਾਨੀ ਨਿੰਬੂ ਉਸਦਾ ਮੇਨ ਸੋਰਸ ਅਸੀਂ ਜ਼ਰੂਰ ਦੇਖ ਸਕਦੇ ਹਾਂ। ਸੋ ਹੁਣ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਰਨਾ ਚਾਹੂੰਗੀ ਕਿ ਕਿਸ ਨੂੰ ਨਿੰਬੂ ਪਾਣੀ ਖਾਲੀ ਪੇਟ ਤਾਂ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ। ਦੇਖੋ ਜਿਨ੍ਹਾਂ ਨੂੰ ਐਸੀਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ, ਨੋਰਮਲ ਵੀ ਦਿਨ ਦੇ ਵਿੱਚ ਜੋ ਹੈ ਤੁਹਾਨੂੰ ਐਸੀਡਿਟੀ ਹੋ ਜਾਂਦੀ ਹੈ, ਤਾਂ ਤੁਸੀਂ ਭੁੱਲ ਕੇ ਵੀ ਸਵੇਰੇ ਖਾਲੀ ਪੇਟ ਜੋ ਹੈ ਨਿੰਬੂ ਪਾਣੀ ਨਹੀਂ ਪੀਣਾ। ਇਸ ਦੇ ਨਾਲ ਤੁਹਾਡੀ ਜਿਹੜੀ ਬਾਡੀ ਦੇ ਵਿੱਚ ਐਸਿਡ ਹੋਰ ਜ਼ਿਆਦਾ ਬਣੇਗਾ ਔਰ ਤੁਹਾਡੀ ਐਸੀਡਿਟੀ ਦੀ ਪ੍ਰੋਬਲਮ ਜਿਹੜੀ ਉਹ ਵੱਧ ਸਕਦੀ ਹੈ। ਅਗਲੀ ਗੱਲ ਕਰੀਏ ਜਿਨ੍ਹਾਂ ਨੂੰ ਬੋਨਸ ਨੂੰ ਲੈ ਕੇ ਕੋਈ ਵੀ ਦਿੱਕਤ ਚੱਲ ਰਹੀ ਹੈ, ਜੁਆਇੰਟ ਪੇਨ ਦੀ ਪ੍ਰੋਬਲਮ ਹੈ, ਆਰਥਰਾਈਟਿਸ ਦੀ ਪ੍ਰੋਬਲਮ ਹੈ, ਉਹਨਾਂ ਨੂੰ ਵੀ ਸਵੇਰੇ ਖਾਲੀ ਪੇਟ ਨਿੰਬੂ ਪਾਣੀ
ਬਿਲਕੁਲ ਵੀ ਨਹੀਂ ਪੀਣਾ ਚਾਹੀਦਾ। ਇਸ ਦੇ ਨਾਲ ਤੁਹਾਡੀਆਂ ਹੱਡੀਆਂ ਹੋਰ ਕਮਜ਼ੋਰ ਹੋ ਸਕਦੀਆਂ ਨੇ, ਤੁਹਾਡੀ ਪੇਨ ਜਿਹੜੀ ਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। ਤਾਂ ਜ਼ਰੂਰ ਅਜਿਹੀ ਕੋਈ ਵੀ ਅਗਰ ਤੁਹਾਡੀ ਹੈਲਥ ਦੀ ਪ੍ਰੋਬਲਮ ਚੱਲ ਰਹੀ ਹੈ, ਜੁਆਇੰਟ ਪੇਨਸ ਹੈ, ਆਰਥਰਾਈਟਿਸ ਹੈ, ਤਾਂ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਹੀ ਨਿੰਬੂ ਪਾਣੀ ਪੀਣਾ ਹੈ। ਸਵੇਰੇ ਤਾਂ ਬਿਲਕੁਲ ਵੀ ਨਹੀਂ ਪੀਣਾ, ਦਿਨ ਦੇ ਵਿੱਚ ਪੀ ਸਕਦੇ ਹੋ ਪਰ ਰੂਟੀਨ ਦੇ ਵਿੱਚ ਕਦੀ ਵੀ ਨਹੀਂ ਪੀਣਾ। ਇਸ ਦੇ ਨਾਲ ਐਸਿਡਿਕ ਜੋ ਹੈ ਤੁਹਾਡੀ ਬੋਡੀ ਜ਼ਿਆਦਾ ਰਹੇਗੀ ਔਰ ਉਸ ਦੇ ਨਾਲ ਤੁਹਾਡੀ ਜੁਆਇੰਟ ਪੇਨ ਜਾਂ ਜਿਹੜੀ ਹੱਡੀਆਂ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਉਹ ਵੱਧ ਵੀ ਸਕਦੀ ਹੈ। ਮਾਈਗ੍ਰੇਨ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਵੀ ਨਿੰਬੂ ਪਾਣੀ ਖਾਲੀ ਪੇਟ ਤਾਂ ਤੁਸੀਂ ਬਿਲਕੁਲ ਵੀ ਨਹੀਂ ਪੀਣਾ ਹੈ। ਸੋ ਤੁਸੀਂ ਜ਼ਰੂਰ ਪਰਹੇਜ਼ ਕਰਨਾ ਹੈ ਅਗਰ ਤੁਹਾਡੀ ਮਾਈਗ੍ਰੇਨ ਦੀ ਪ੍ਰੋਬਲਮ ਆਲਰੇਡੀ ਚੱਲ ਰਹੀ ਹੈ, ਪੇਟ ਦੀ ਪ੍ਰੋਬਲਮ ਅਗਰ ਕਿਸੇ ਨੂੰ ਹੈ, ਪੇਟ ਦਰਦ ਦੀ ਪ੍ਰੋਬਲਮ ਚੱਲਦੀ ਹੈ, ਪੇਟ ਗੈਸ ਦੀ ਪ੍ਰੋਬਲਮ ਹੈ, ਤਾਂ ਦੇਖੋ ਇਸ 'ਚ ਹਲਕਾ ਜਿਹਾ ਐਸਿਡਿਕ ਵੀ ਹੁੰਦਾ ਹੈ। ਤੇ ਅਗਰ ਕੋਈ ਪ੍ਰੋਬਲਮ ਚੱਲ ਰਹੀ ਹੈ ਉਸਦੇ ਉੱਪਰ ਤੁਸੀਂ ਐਸਿਡਿਕ ਚੀਜ਼ ਪਾ ਦੋਗੇ ਤਾਂ ਹੋਰ ਦਿੱਕਤ ਹੋ ਜਾਂਦੀ ਹੈ। ਤੇ ਜਦੋਂ ਕੋਈ ਵੀ ਪੇਟ ਦੀ ਇਨਫੈਕਸ਼ਨ ਦੀ ਪ੍ਰੋਬਲਮ ਚੱਲ ਰਹੀ ਹੋਵੇ, ਦਰਦ ਦੀ ਪ੍ਰੋਬਲਮ ਕਿਸੇ ਨੂੰ ਚੱਲ ਰਹੀ ਹੈ, ਤਾਂ ਉਸ ਵੇਲੇ ਜੋ ਹੈ ਐਲਕਲਾਈਨ ਫੂਡ ਹੀ ਖਾਣਾ ਚਾਹੀਦਾ ਹੈ। ਤਾਂ ਤੁਸੀਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਤਰ੍ਹਾਂ ਦੀ ਹੈਲਥ ਕੰਡੀਸ਼ਨ ਦੇ ਵਿੱਚ ਤੁਸੀਂ ਨਿੰਬੂ ਪਾਣੀ ਤਾਂ ਬਿਲਕੁਲ ਵੀ ਨਹੀਂ ਪੀਣਾ ਹੈ। ਬਹੁਤ ਜ਼ਿਆਦਾ ਜਿਹੜੇ ਲੋਕ ਨਿੰਬੂ ਪਾਣੀ ਪੀਂਦੇ ਆ ਉਹਨਾਂ ਦੇ ਦੰਦਾਂ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਦੰਦਾਂ ਦੀ ਆਊਟਰ ਲੇਅਰ ਹੈ ਉਹ ਜੋ ਹੈ ਖਰਾਬ ਹੋਣੀ ਸ਼ੁਰੂ ਹੋ ਸਕਦੀ ਹੈ। ਜਿਵੇਂ ਕਿ ਆਪਾਂ ਬਾਰ ਬਾਰ ਗੱਲ ਕਰ ਰਹੇ ਹਾਂ, ਇਹ 'ਚ ਸਿਟ੍ਰਿਕ ਐਸਿਡ ਹੁੰਦਾ ਹੈ ਥੋੜੀ ਮਾਤਰਾ ਵਿੱਚ, ਤੇ ਬਾਰ ਬਾਰ ਅਗਰ ਤੁਸੀਂ ਰੈਗੂਲਰ ਜੋ ਹੈ ਨਿੰਬੂ ਪਾਣੀ ਪੀਂਦੇ ਹੋ ਜਾਂ ਘੱਟ ਪਾਣੀ ਮਿਕਸ ਕਰਕੇ ਨਿੰਬੂ ਜ਼ਿਆਦਾ ਪਾ ਕੇ ਪੀ ਰਹੇ ਹੋ, ਤਾਂ ਤੁਹਾਡੇ ਦੰਦਾਂ ਦੀ ਜਿਹੜੀ ਬਾਹਰਲੀ ਲੇਅਰ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਸਕਦੀ ਹੈ। ਸੋ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਬਾਕੀ ਜੋ ਹੈ ਹੈਲਦੀ ਹੋ, ਫਿੱਟ ਹੋ, ਫਾਈਨ ਹੋ, ਜਿਨ੍ਹਾਂ ਨੂੰ ਨਿੰਬੂ ਤੋਂ ਕੋਈ ਵੀ ਦਿੱਕਤ ਨਹੀਂ ਹੈ, ਉਹ ਜ਼ਰੂਰ ਰੈਗੂਲਰ ਜੋ ਹੈ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀ ਸਕਦੇ ਨੇ। ਦੇਖੋ ਇੱਕ ਡਿਟੌਕਸ ਡਰਿੰਕ ਵਜੋਂ ਵੀ ਕੰਮ ਕਰਦਾ ਹੈ, ਜੋ ਸਵੇਰੇ ਹੀ ਅਗਰ ਪੀਂਦੇ ਨੇ ਜਿਨ੍ਹਾਂ ਨੂੰ ਸੂਟ ਕਰਦਾ ਹੈ ਨਿੰਬੂ ਪਾਣੀ, ਤਾਂ ਉਹਨਾਂ ਦੀ ਬੋਡੀ ਜੋ ਹੈ ਡਿਟੌਕਸ ਹੋਣੀ ਸ਼ੁਰੂ ਹੋ ਜਾਂਦੀ ਹੈ। ਵਿਟਾਮਿਨ ਸੀ ਸਵੇਰੇ ਹੀ ਉਹਨਾਂ ਦੀ ਬੋਡੀ ਵਿੱਚ ਜੋ ਹੈ ਆਪਣੇ ਪੂਰੇ ਫੰਕਸ਼ਨਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਨਾਲ ਨਾਲ ਸਾਡੀ ਇਮਿਊਨਿਟੀ ਜੋ ਹੈ ਸਟਰੋਂਗ ਹੁੰਦੀ ਹੈ, ਵਿਟਾਮਿਨ ਸੀ ਹੈ, ਐਂਟੀਆਕਸੀਡੈਂਟ ਹੈ, ਤੇ ਜਦੋਂ ਟੌਕਸਿਨ ਸਾਡੀ ਬੋਡੀ ਵਿੱਚੋਂ ਰਿਮੂਵ ਹੋ ਜਾਣਗੇ ਤਾਂ ਸਾਡਾ ਜਿਹੜਾ ਸਰੀਰ ਹੈ ਉਹ ਬਿਮਾਰੀਆਂ ਦੇ ਲੜਨ ਦੇ ਲਈ ਤਾਕਤ ਰੱਖਦਾ, ਫਿਰ ਇਮਿਊਨਿਟੀ ਜੋ ਹੈ ਸਾਡੀ ਵਧੀਆ ਬਣ ਜਾਂਦੀ ਹੈ। ਸਕਿਨ ਗਲੋਇੰਗ ਦੀ ਤਾਂ ਮੈਂ ਗੱਲ ਕਰ ਹੀ ਚੁੱਕੀ ਹਾਂ। ਸੋ ਅਗਰ ਤੁਸੀਂ ਆਪਣੀ ਸਕਿਨ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ, ਸਕਿਨ ਬ੍ਰਾਈਟਨ ਕਰਨਾ ਚਾਹੁੰਦੇ ਹੋ ਜਾਂ ਫਿਰ ਸਕਿਨ ਦੇ ਉੱਪਰ ਫੇਸ ਦੇ ਉੱਪਰ ਤੁਹਾਡੇ ਕੋਈ ਨਿਸ਼ਾਨ ਨੇ ਕਾਫੀ ਚਿਰ ਤੋਂ, ਤਾਂ ਰੈਗੂਲਰ ਤੁਸੀਂ ਅਗਰ ਵਿਟਾਮਿਨ ਸੀ ਨਿੰਬੂ ਪਾਣੀ ਜੋ ਹੈ ਸਵੇਰੇ ਪੀਂਦੇ ਹੋ ਜਾਂ ਦਿਨ ਦੇ ਵਿੱਚ ਵੀ ਪੀਂਦੇ ਹੋ ਤਾਂ ਤੁਹਾਡੀ ਸਕਿਨ ਵੀ ਕਲੀਅਰ ਹੋਣੀ ਸ਼ੁਰੂ ਹੋ ਜਾਏਗੀ, ਬੀਪੀ ਕੰਟਰੋਲ ਦੇ ਵਿੱਚ ਰਹਿੰਦਾ। ਇਸ ਦੇ ਨਾਲ ਭਾਰ ਜਿਨ੍ਹਾਂ ਦਾ ਬੀਪੀ ਅਕਸਰ ਲੋ ਰਹਿੰਦਾ ਹੈ ਉਹਨਾਂ ਨੂੰ ਜ਼ਰੂਰ ਜੋ ਹੈ ਧਿਆਨ ਦੇ ਨਾਲ ਹੀ ਨਿੰਬੂ ਪਾਣੀ ਪੀਣਾ ਚਾਹੀਦਾ, ਜਾਂ ਫਿਰ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ, ਪਰ ਖਾਲੀ ਪੇਟ ਅਗਰ ਤੁਸੀਂ ਨਾ ਪੀਓ ਤਾਂ ਵੀ ਚੰਗਾ ਰਹੇਗਾ। ਔਰ ਸਭ ਤੋਂ ਜ਼ਿਆਦਾ ਫਾਇਦਾ ਹਮੇਸ਼ਾ ਕਈਆਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਦਿਨ ਵਿੱਚ ਖਾਣੇ ਤੋਂ ਬਾਅਦ ਪੀਏ ਨਿੰਬੂ ਪਾਣੀ ਜਾਂ ਸਵੇਰੇ ਖਾਲੀ ਪੇਟ ਪੀਏ। ਦੇਖੋ ਜਦੋਂ ਅਸੀਂ ਦਿਨ ਦੇ ਵਿੱਚ ਖਾਣੇ ਤੋਂ ਬਾਅਦ ਨਿੰਬੂ ਪਾਣੀ ਪੀਂਦੇ ਹਾਂ ਤਾਂ ਉਹ ਅਸੀਂ ਪੀਂਦੇ ਹਾਂ ਕਿ ਸਾਡਾ ਖਾਧਾ ਪੀਤਾ ਜੋ ਹੈ ਉਹ ਡਾਈਜੈਸਟ ਹੋ ਜਾਏ, ਪਰ ਅਗਰ ਅਸੀਂ ਆਪਣੀ ਬੋਡੀ ਨੂੰ ਡਿਟੌਕਸ ਕਰਨ ਦੇ ਲਈ ਪੀਣਾ ਚਾਹੁੰਦੇ ਹਾਂ ਤਾਂ ਸਾਨੂੰ ਸਵੇਰੇ ਖਾਲੀ ਪੇਟ ਹੀ ਪੀਣਾ ਚਾਹੀਦਾ। ਪਰ ਜਾਂਦੇ ਜਾਂਦੇ ਅਖੀਰ ਦੇ ਵਿੱਚ ਫਿਰ ਤੋਂ ਕਹੂੰਗੀ ਕਿ ਜ਼ਰੂਰ ਯਾਦ ਰੱਖਣਾ, ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੈ, ਜਿਨ੍ਹਾਂ ਨੂੰ ਆਲਰੇਡੀ ਕੋਈ ਬੋਨਸ ਦੀ ਪ੍ਰੋਬਲਮ ਚੱਲ ਰਹੀ ਹੈ, ਆਰਥਰਾਈਟਿਸ ਦੀ ਪ੍ਰੋਬਲਮ ਹੈ, ਜੁਆਇੰਟ ਪੇਨ ਦੀ ਪ੍ਰੋਬਲਮ ਹੈ, ਜਾਂ ਫਿਰ ਅਸੀਂ ਕਹੀਏ
ਜਿਨ੍ਹਾਂ ਨੂੰ ਪੇਟ ਦੀ ਇਨਫੈਕਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ, ਜਿਨ੍ਹਾਂ ਨੂੰ ਆਪਣੇ ਦੰਦਾਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ, ਉਹਨਾਂ ਨੇ ਖਾਲੀ ਪੇਟ ਨਿੰਬੂ ਪਾਣੀ ਬਿਲਕੁਲ ਵੀ ਨਹੀਂ ਪੀਣਾ ਹੈ। ਫਾਇਦੇ ਦੀ ਜਗ੍ਹਾ ਤੁਹਾਨੂੰ ਇਸ ਦੇ ਨਾਲ ਨੁਕਸਾਨ ਵੀ ਮਿਲ ਸਕਦੇ ਨੇ। ਸੋ ਜ਼ਰੂਰ ਆਪਣੇ ਸੁਝਾਅ ਕਮੈਂਟਸ ਦੇ ਜ਼ਰੀਏ ਮੇਰੇ ਨਾਲ ਸਾਂਝੇ ਕਰਨਾ। ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ। ਪੇਜ ਨੂੰ ਹੁਣ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਦੇਣਾ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦੇਣਾ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਦਿਓ ਜੀ ਇਜਾਜ਼ਤ। ਸਤਿ ਸ੍ਰੀ ਅਕਾਲ।